ਮੈਂ ਹੰਜੂ ਗਰੂਪਰਾਡ ਐਮ ਐਲ ਏ ਸ਼੍ਰੀ ਫਲੀਟਵੁੱਡ ਸੂਬਾ ਸਰਕਾਰ ਵੱਲੋਂ ਅੱਜ ਜਨਵਰੀ 18 2022 ਦੇ ਅਪਡੇਟ ਇਸ ਪ੍ਰਕਾਰ ਹਨ ਸੂਬਾ ਸਰਕਾਰ ਵੱਲੋਂ ਹੜ੍ਹਾਂ ਸੰਬੰਧੀ ਜਿਹੜੀ ਲਗਾਈ ਗਈ ਸਟੇਟ ਆਫ ਐਮਰਜੈਂਸੀ ਸੀ ਉਹ ਅੱਜ ਰਾਤ 12 ਵਜੇ ਉਹ ਖਤਮ ਹੋ ਜਾਏਗੀ ਉਸ ਦੇਸ ਤੋਂ ਬਾਅਦ ਲੋਡ ਨਹੀਂ ਹੈ ਕੋਕਾਲ ਹਾਈਵੇ ਕੋਕਾਲ ਹਾਈਵੇ ਨੂੰ ਹੁਣ ਆਮ ਲੋਕਾਂ ਦੇ ਲਈ ਕੱਲ ਤੋਂ ਜਿਹੜਾ ਉਹ ਖੁੱਲ ਦਿੱਤਾ ਜਾਊਗਾ ਲੋਕਾਂ ਨੂੰ ਇਹ ਧਿਆਨ ਦੇਣ ਦੀ ਲੋੜ ਜ਼ਰੂਰ ਹੈਗੀ ਹੈ ਕਿ ਇਹ ਜਿਹੜਾ ਕੋਕਾਨ ਲਾਈ ਹਾਈਵੇ ਹੈ ਉਹ ਪਹਿਲਾਂ ਵਰਗਾ ਨਹੀਂ ਆ ਇਸ ਤੇ ਹੋਪ ਤੋਂ ਮਿਰਠ ਤੱਕ ਜਿਹੜਾ ਸਫ਼ਰ ਕਰਨਾ ਹੈ ਉਸ ਦੇ ਉੱਤੇ ਲਗਭਗ 45 ਮਿੰਟ ਵੱਧ ਲੱਗ ਸਕਦੇ ਆ ਇਸ ਕਰਕੇ ਲੋਕਾਂ ਨੂੰ ਸਬਰ ਤੋਂ ਕਮ ਲੈਣ ਦੀ ਲੋੜ ਪਵੇਗੀ ਹਾਈਵੇ 99 ਹਾਈਵੇ 99 ਤੇ ਵੀ ਇੱਕ ਤਬਦੀਲੀ ਕੀਤੀ ਗਈ ਹੈ ਆ ਜੋ ਵੇਟਰ ਰੈਸਟ੍ਰਿਕਸ਼ਨਸ ਲੱਗੀਆਂ ਸੀਗੀਆਂ ਲੈਲੋਵਟ ਤੇ ਪੈਂਬਰਟਨ ਦੇ ਦਰਮਿਆਨ ਉਹ ਕੱਲ ਤੋਂ ਹਟਾ ਦਿੱਤੀਆਂ ਜਾਣ ਗਈਆਂ ਇਦਾ ਮਤਲਬ ਇਹ ਆ ਕਿ ਜਿਹੜੇ ਲਾਰਜ ਕਮਰਸ਼ੀਅਲ ਟਰੱਕ ਹੈਗੇ ਆ ਉਹ ਹੁਣ ਇਸ ਤੇ ਸਫ਼ਰ ਕਰ ਸਕਣਗੇ ਜਿਵੇਂ ਪਹਿਲਾਂ ਕਰਦੇ ਸੀਗੇ ਬੀਸੀ ਦੇ ਵਿੱਚ ਤੂਫਾਨ ਆਉਣ ਤੋਂ ਪਹਿਲਾਂ ਉਹ ਕਰ ਸਕਣਗੇ ਇਸੇ ਤਰੀਕੇ ਨਾਲ ਜਿਹੜਾ ਹਾਈਵੇ 1 ਹੈ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਹਾਈਵੇ 1 ਹੈ ਉਹ ਫ੍ਰੀਜ਼ਰ ਕੈਮੀਨ ਰਾਹੀਂ ਜਨਵਰੀ ਦੇ ਅੰਤ ਤੱਕ ਜਿਹੜਾ ਉਹਨੂੰ ਖੋਲ ਦਿੱਤਾ ਜਾਊਗਾ ਆ ਇਹਦੇ ਦੇ ਉੱਤੇ ਵੀ ਜਿਹੜੀਆਂ ਲੈਂਥੀ ਡਿਲੇਸ ਹੋਣਗੀਆਂ 2 ਘੰਟੇ ਤੋਂ ਵੱਧ ਜਿਹੜਾ ਸਮਾਂ ਉਹ ਲੱਗ ਸਕਦਾ ਹੈ ਅਹ ਔਰ ਇਸ ਦੇ ਉੱਤੇ ਜਿਹੜੀਆਂ ਹੈਗੀਆਂ ਅ ਲੋਡ ਦੀ ਜਿਹੜੀ ਲੈਂਥ ਹੈ ਉਸ ਦੀ ਵੀ ਰੈਸਟ੍ਰਿਕਸ਼ਨ ਹੋਏਗੀ 25 ਮੀਟਰ ਤੱਕ ਦਾ ਨਾਣ ਵਹੀਕਲ ਹੈ ਉਹ ਇਸ ਤੇ ਸਫ਼ਰ ਕਰ ਸਕੇਗਾ ਸੋ ਇਹ ਸੰ ਅੱਜ ਜਨਵਰੀ 18 2022 ਦੇ ਜਿਹੜੇ ਅਪਡੇਟਸ ਜਿਹੜੇ ਅਗਲੇ ਅਪਡੇਟ ਹੈ ਉਹ ਲੋਡ ਮੁਤਾਬਕ ਜਦੋਂ ਵੀ ਅ BC ਸਰਕਾਰ ਵੱਲੋਂ ਆਉਣਗੇ ਉਹ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਣਗੇ ਮਿਹਰਬਾਨੀ